श्री अकाल जी, मैं अमनदीप कौर पंजाबी कुकिंग एंड पंजाबी कल्चर में थोड़ा स्वागत करती हूँ। टाइम हो रहा जी दोपहर के 12:30 हो रहे हैं। कपड़े वगैरह अपने सारे धोते सके, पर दोबारे मशीन लाई क्योंकि मैं बाथरूम च गई उन्होंने देखा तो बाथरूम च मिट्टी जी पई सी धोन लग गई, तो देखे कि मम्मी का सूट एक मेरा तो उदम के सके है ना, बाकी तो सारे धोते। तो जेडे आप जी ये समान लेके आए थे गोभी गाजर बिचे चट्ट शकरकंदी है ना, इन्होंने धो लें हूँ पावे जी अपना इन्हों अचार पहले धो के इन्होंने सुखा लीए। कुछ गज मूली गोभी तो अपनी सब्जी बना है शकरकंदी का वो कर देनी है, पाल लूंगे पाल के ना लून ला सुट के खा दूंगी पहले धो देना सारा समान धो के ना ਪਾਪੇ ਵੱਲੋਂ ਹੀ ਮੈਂ ਜੀਰੀ ਟੈਂਕੀ ਤੋਂ ਕਿਹਾ ਮੈਂ ਖੇਤ ਮਾ ਜਾਣਾ ਕੰਮ ਕਾ ਮੈਂ ਹੀ ਕਰੂੰਗਾ ਸਾਰੇ ਘਰ ਲੱਦੀ ਹੋ ਜਾ ਚਲ ਫਿਰ ਐਂ ਤੂੰ ਕੰਮੇ ਕਰ ਲਿਓ ਪਾਪੇ ਮੰਮੀ ਨੂੰ ਲੈ ਜਾ ਨਹੀਂ ਮੈਂ ਟੋਲ ਸ ਉਹ ਚਰੀ ਅੱਜ ਨਹੀਂ ਆਂਦੀ ਹੈ ਮੈਂ ਟੋਲ ਸਾਫ ਕਰਨੇ ਟੋਲ ਸਾਫ ਕਰਨਾ ਤੂੰ ਜਾ ਗੱਡੀ ਦੇ ਵਿੱਚ ਚਲ ਰਹਿਣ ਦੇ ਲਾ ਲੈ ਤੂੰ ਕੰਮ ਨੂੰ ਵੇੜਾ ਤੂੰ ਬਿੰਦਰੀ ਨੂੰ ਲਾ ਚਲ ਸੰਜੂ ਨੂੰ ਬੋਲਾਂ ਕੰਮ ਨਹੀਂ ਵੇ ਡੰਡਰੇ ਜੀ ਤੋੜੀ ਨਾ ਜਾਵਾ ਹਾਂ ਤੋੜ ਦੇ ਤੋੜ ਦੇ ਫਿਰ ਤੋੜ ਦੇ ਸੁੱਕੇ ਦੇ ਉਹ ਮੰਮੀ ਉਹ ਫੁੱਲ ਵੀ ਚੱਕ ਲੈਂਦੇ ਅੰਦਰ ਦੇ ਲੈ ਜਿਹੜਾ ਪੇ ਹੁਣ ਇਹ ਦੇਖ ਲੋ ਵੀ ਲਾਣਾ ਕਿੱਥੇ ਆ ਉਹ ਜਿਹੜਾ 20 ਰੁਪਏ ਆ ਹਾਂ ਜਿੱਥੇ ਜੀ ਕਰਾ ਲਾ ਦਿਓ ਹੈ ਦੇਖ ਕੇ ਲਾ ਦਿਓ ਗੋਭੀ ਸੁੱਕ ਜੂਗੀ ਫਿਰ ਇਹਨੂੰ ਚੀਰ ਕੇ ਆਹੋ ਕਰ ਲੂੰਗੇ ਤਲਕੇ ਚਾਰ ਵੀ ਤਾਂ ਪਾਣਾ ਇਹਨਾਂ ਬਸ ਲੈ ਇਹਨਾਂ ਨੂੰ ਸੁੱਕਣੀਆਂ ਰੱਖ ਦਵਾਂ ਤੋ ਤੋ ਕੇ ਇਹਨੇ ਹਾਂਜੀ ਪਰੌਂਠੇ ਤਾਂ ਨਹੀਂ ਬਣਾਣੇ ਕਿਹੜੇ ਗੋਭੀ ਬਣਾ ਦੇ ਸਵੇਰੇ ਰੋਟੀ ਨਹੀਂ ਖਾਈ ਰੋਟੀ ਖਾਈ ਕਿਉਂ ਨਹੀਂ ਸਾਗ ਕੀ ਹੈ ਜਦ ਮੈਂ ਦਹੀਂ ਵਾਸਤੇ ਉਹ ਲੈ ਗਈ ਧਨੀਆ ਤੋੜ ਕੇ ਭੁੱਲ ਗਿਆ प्लास्टिक लो जी गाजर गोभी अपने धो लिया इन्होंने रख दी नहीं सुकनी चल जू वैसे चलो जी आप लाइए फुलां दी पनीरी ते इधर अपने कपड़े सारे धोए पए ने फुल तार भरी पई हजे एक थोड़ा सूट रह गया सुकाने के यो नी पे तेरे पापा ने गया मग हां पापा ने कपड़े दिखे सूट आ मैं बाहर सुकने पाए ने बाहर रह ले सुकने पाए ने ओ सूरजमुखी वर्गे फुल लगन गए मतलब की एन फैल जूगी आज आप लाइए पता नहीं रख दी दस दो है एक घंटा हो गया सानू कुरपी लभदे नू कुरपी नहीं लभी हैगी पापा जी ने पुछिया कित्थे है कुरपी ओथी पई है ओथी पई है असीं सारे कैसे लभ ली ओत्ते ओत्ते देख देख के कुरपी ओह कित्थे मिली ओह पाइप दे कोल हैं
ਚੀਕ ਨੂੰ ਫਲ ਛੇਤੀ ਆਏਗਾ। ਗੜਾਈ ਕਰਦੇ ਅਮਨ ਚੀਕੂਗੀ ਡੰਡਾ ਨੀ ਕੱਢਿਆ ਹੈਗਾ ਕੋਈ ਨੀ ਕਰ ਦਾਂਗਾ ਠੀਕ। ਹਾਂ ਜਿਸ ਤਰ੍ਹਾਂ ਮੈਂ ਕਟਾਈ ਕਰਾਂ ਉਸ ਤਰ੍ਹਾਂ ਕਰ। ਮੈਂ ਤਾਂ ਐਨ ਕਰਤੀ ਸਿਰੇ ਤੱਕ ਡੂੰਗੀ ਹੋਰ ਆ ਦੇ ਪਾਣੀ ਨਹੀਂ ਪਾਣਾ ਹੀ ਮੈਂ ਉੱਥੇ 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 ਦੇਖ ਦੇਖ ਕੇ ਉਹਨੇ ਸਾਰੇ ਕਿਤੇ ਖੁਰਪੀ ਟੋਲ ਟੋਲ ਕੇ ਮਾਰ ਲੇ ਤਾਂ ਖੁਰਪੀ ਕਿਤੇ ਪੈਪ ਕੋਲ ਤੇ ਮਿਲੀ ਤੁਹਾਨੂੰ। ਤੁਸੀਂ ਕਿੱਥੇ ਕਹਿ ਰਹੇ ਤੇ ਕੇਬਲ ਨੇ ਉਹ ਕਰੀ ਸੀ ਮੰਮੀ ਲੱਗੀ ਮਰੂ ਤੋੜਨ ਨਹੀਂ ਫਿਰ ਪੱਕਾ ਇਹ ਟੁੱਟ ਗਿਆ ਤੇ ਖਾ ਲੈ ਫਿਰ ਮਿੱਠਾ ਬਹੁਤ ਹੈ ਮਰੂ ਤਾਂ ਅੰਦਰ ਪਏ ਬਥੇਰੇ ਖੂਨ ਪਤਾ ਮਰੂ ਤੇ ਹਾਂ ਉਦੋਂ ਬੜਾ ਡਰੇਗਾ ਇਹਨਾਂ ਤੇ ਮੈਂ ਤਾਂ ਬਸ ਫੁੱਲਾਂ ਨੂੰ ਕਦੇ ਚੱਕੀ ਉਧਰ ਨੂੰ ਘੁੰਮ ਰਹੀ ਕਦੇ ਉਧਰ ਨੂੰ ਘੁੰਮ ਰਹੀ ਇਹਨੇ ਚੌਪ ਹੋ ਚੜਿਆ ਪਿਆ ਫੁੱਲਾਂ ਦਾ ਹਲੇ ਤਾਂ ਹੋਰ ਪਨੀਰੀ ਲੈ ਕੇ ਆਣੀ ਆ ਆਈ ਨਹੀਂ ਜੀ ਹੋਰ ਹਲੇ ਜਿਹੜੇ ਆਪਾਂ ਨੇ ਆਹ ਕੁਛ ਕਹਿੰਦੇ ਤੇ ਫੁੱਲ ਲਾਏ ਸੀਗੇ ਨਾ ਉਹ ਸਮਾਰ ਕੇ ਹੋਏ ਨਹੀਂ ਹੈਗੇ ਮਰ ਕੇ ਵਿੱਚ ਤੇ ਵਿੱਚ ਹੁਣ ਆਪਾਂ ਇਹ ਵਾਲੀ ਪਨੀਰੀ ਲਾਵਾਂਗੇ ਲਓ ਜੀ ਆਹ ਫੁੱਲਾਂ ਦੀ ਪਨੀਰੀ ਲਾ ਦਈਏ ਉਹ ਸੱਚ ਜਿਹੜੇ ਆਪਣੇ ਵਾਲੇ ਫੁੱਲ ਆ ਉਹ ਵੀ ਬੜੇ ਬੜੇ ਹੋ ਗਏ ਵਿੱਚ ਵਿੱਚ ਉਰਾ ਤਲਾ ਤਾਰ ਵੀ ਹੈ ਬਿਜਲੀ ਦੀ ਉਰਾ ਉਹ ਲਾਣੇ ਦੀ ਦੂਈ ਜਿਹੜੀ ਕੰਧ ਬਣੀ ਇਹ ਤਾਂ ਉਹ ਹੋ ਜਾਣੇ ਇਹ ਤਾਂ ਸਿਆਲ ਸਿਆਲ ਚੱਲਦੇ ਆ ਫਿਰ ਬਾਅਦ ਵਿੱਚ ਪੱਟ ਹੋ ਜਾਣੇ ਇਹ ਕਿਹੜਾ ਐ ਵੀ ਪੱਕੇ ਫੁੱਲ ਨਹੀਂ ਹੈਗੇ ਇਹ ਉਹ ਕਿੰਨੀ ਦੇਰ ਰਹੇਗਾ ਇਹ ਪਲਾਸਟਿਕ ਜੀ ਦਾ ਇਹ ਤਾਂ ਪੱਕਾ ਹੈ ਇਹ ਨਹੀਂ ਉਰੇ ਲਾਉਂਦੇ ਉਹ ਤਾਂ ਪੱਕਾ ਫੁੱਲ ਹੈ ਇਹਦਾ ਲੱਗੇ ਵੀ ਦੇਖਿਓ ਪੀਲੇ ਪੀਲੇ ਫੁੱਲ ਕਿੰਨੇ ਸੋਹਣੇ ਲੱਗੂਗੇ ਪਤਾ ਕਿੰਨੇ ਰੁਪਏ ਦੀ ਗੁੱਛੀ ਮਿਲੀ ਆਹ 20 ਰੁਪਏ ਹਾਂ ਇਹ ਰਾਤ ਰੱਖਣੇ ਕਰਕੇ ਨਹੀਂ ਥੋੜੇ ਮਰਜ਼ਾ ਆ ਜੀ ਚਲੋ ਹੁਣ ਹੋ ਜੀ ਇੱਕ ਗੁੱਛੀ ਬਹੁਤ ਹੀ ਨਾ ਇੱਕ ਗੁੱਛੀ ਕਿਉਂ ਬਹੁਤ ਹੀ ਇਹ ਤਾਂ ਹੁਣ ਮੈਂ ਸਵੇਰੇ ਸਵੇਰੇ ਦੋ ਵਜੇ ਫੁੱਲਾਂ ਕੋਲ ਆ ਜਾ ਕਰਨਾ ਆਪਣੇ ਕੋਲ ਦੇਖਣ ਚਲੇ ਕਿ ਨਹੀਂ ਚਲੇ ਸਮੇਂ ਲੱਭ ਤੇ ਖਾਈ ਕਰੋ ਮੈਨੂੰ ਅੰਦਰ ਕਾਟੋ ਜਿਹੜੇ ਮੰਮੀ ਹੋ ਗਏ ਵਿਚਲੀ ਦੇ ਇੱਕ ਜਿਹੜਾ ਆਪਾਂ ਨੇ ਜੰਮੇ ਦੇ ਬੀਜ ਜਮਾਏ ਦੇ ਉਹ ਵੀ ਹੋ ਗਏ ਉਹ ਵੀ ਚੱਕ ਕੇ ਲਿਆਣੇ ਪਾਣੀ ਲਿਆਏ
हाँ पानी नहीं बताओ क्या ये कृपा दे इसमें पानी नहीं पाना नहीं होगा डंडा बांधे कोई ला पे पापा जी तो क्या ला रही है मिर्चा लाएंगे और मैं कह भी तो फूल लाए मिर्चा ला रही हूं जी ठीक है पापा की बात मिर्चा और जगह थोड़ी है मिर्चा लाने लो थोड़ा मैं पानी पावा नहीं है फूलों में और जगह थोड़ी है थोड़े बहुत फूल तो लाने चाहिए बढ़िया लगाए लो जी दो गुच्छियां ला दी अपने फूलों दी बाल्टी चको बाल्टी बाल्टी चको बाल्टी फिर मैं फूलों देना है वो पहला बेचारे एक गंदे का फूल चले है गडाई करता बस बस इना थोड़ा थोड़ा लाली थोड़ा थोड़ा इना मना पाओ बस एने डाई क्या लोड़ है ਡਾਈ ਪਾ ਕੇ ਪਾਣੀ ਨਹੀਂ ਪਾਣਾ ਨਾ ਪਾਣੀ ਨਹੀਂ ਪਾਣਾ ਫਿਰ ਆ ਫੁੱਲਾਂ ਨੂੰ ਤਾਂ ਪਾਣੀ ਦੇਵਾਂਗੇ ਪਹਿਲਾਂ ਚਲ ਕੋਈ ਨਾ ਥੋੜਾ ਬਹੁਤ ਚੱਲੇ ਜਾਊਗਾ ਇਹ ਤਾਂ ਹੁਣ ਲਾਣੀ ਹੈ ਜੋ ਫੁੱਲਾਂ ਪੱਕ ਜਾਂਦੇ ਪਾਣੀ ਚੜਾ ਦੋ ਨਾ ਬੂਟਾ ਬਹੁਤ ਸੁੱਕਾ ਹੋ ਗਿਆ ਰੱਖਤਾ ਆ ਦੇ ਨਾ ਮਿਸਾ ਵੀ ਦੇ ਹਾਂ ਹੁਣ ਇਸ ਤਰ੍ਹਾਂ ਦੀ ਜਿਹੜੀ ਹੋਰ ਪੈਣ ਦੀ ਹੋਵੇ ਦੋ ਰਹਿ ਗਈਆਂ ਹੁਣ लाग ला के ला देना नु लाग ला देना उधर तो होर पनीरी भी ला देनी है मसा मसा गंजी ने छिरक जाए उपर दे ओले बाद में मम्मी कहते बुला मरे मरे जे दिख रहे हैं जम्मे नहीं समार के थोड़ा थोड़ा पानी दे दो अपनी काफ़ी तुलसी जमी हुई थी कुछ तुलसी अपनी जी पट्टी तो उन्होंने तुलसी ना अपना परने के पा के है ना सुा लाँगे वो पत्ते पत्ते सुा के जोड़े अपना डब्बी के पा के रख लेंगे फिर वो जी जिमें सर्दियाँ आ रही है ना चाह के पा पा के तुलसी में पी जावे फिर वैसे तुलसी चंकी होंगी है सेहत वास्ते तो फिर ना ज्यादा उगी इतने फिर उन्हें सुक जाना बाद च उधर भी बहुत ज़्यादा जमी हुई है वो देखो तो इधर भी है ना बस अपने सिर्फ एक पेडा पट्टिया इतों ਇਹ ਬੈਠਾ ਨਾ ਆਪਣੇ ਮੁੱਲ ਲੈ ਕੇ ਲਾਇਆ ਸੀਗਾ ਇਹਦੇ ਚੜ ਚੜ ਕੇ ਹੋਰ ਤੁਲਸੀ ਜੰਮੂਗੀ ਦੇਖੋ ਤੇ ਬਸ ਹੁਣ ਇੱਥੇ ਇਹ ਵਾਲਾ ਬੂਟਾ ਲਾ ਦਾਂਗੇ ਆ ਆ ਓਰੀਜਨ ਨਾ ਮਾ ਹਣਾ ਫੁੱਟ ਜੀਗਾ ਨਾ ਬਸ ਹਾਂ ਚੱਲ ਨੇੜੇ ਹੋ ਜਾਊਗਾ
ਸੋਹਣੇ ਹੋ ਰਹੇ ਹਨ ਫੁੱਲ ਹਨਾ ਜਾਨੀ ਮੈਂ ਕਿ ਕਟਿੰਗ ਕਰਾਈ ਸੀ ਪੇਲ ਦੀ ਆ ਫੇਰ ਫੈਲ ਰਹੀ ਆ ਆ ਦੇਖੋ ਇਹ ਨਾ ਟਾਣੀ ਲਿਆ ਕੇ ਲਾਈ ਸੀਗੀ ਮੈਂ ਫਰੰਟ ਦੇ ਘਰੋਂ ਹਨਾ ਆ ਇੰਨਾ ਸੋਹਣਾ ਚੱਲ ਗਿਆ ਬੂਟਾ ਸਿਰਫ ਟਾਣੀ ਸੀਗੀ ਇਹਦੀ ਹਨਾ ਟਾਣੀ ਪੱਟ ਕੇ ਲਾ ਲਓ ਇਹ ਫੁੱਲ ਚੱਲ ਜਾਂਦਾ ਇਹ ਵੀ ਆਪਣਾ ਵਧੀਆ ਹੋ ਰਿਹਾ ਵੈਸੇ ਇੰਨਾ ਫੈਲ ਰਿਹਾ ਨਹੀਂ ਹੈਗਾ ਇਹਦੀ ਕਟਾਈ ਵੀ ਕਰ ਦਵਾਂ ਫੁੱਲ ਬੂਟੇ ਦਾ ਵਾਧੂ ਲਾਏ ਹੋਏ ਨੇ ਫੁੱਲ ਬੂਟੇ ਲਾਉਣ ਦਾ ਬਹੁਤ ਜ਼ਿਆਦਾ ਸ਼ੌਂਕ ਹੋ ਰਿਹਾ ਉਹ ਇੱਕ ਉੱਧਰਲਾ ਚੱਲੀ ਨਹੀਂ ਹੈਗਾ ਆਹ ਪਤਾ ਨਹੀਂ ਕਿਆ ਖੰਡਾਰਾ ਜਿਹਾ ਗਿਰਿਆ ਵਾ ਆਹ ਦੇਖੋ ਆਹ ਬੂਟਾ ਕਿੱਡਾ ਬੜਾ ਹੋ ਗਿਆ ਇਹ ਆਪਣੇ ਮਾਲੀ ਤੋਂ ਲਗਵਾਇਆ ਸੀਗਾ ਹੈ ਨਾ ਇਹ ਵਾਲਾ ਬੂਟਾ ਪਹਿਲਾਂ ਤਾਂ ਲੱਗਿਆ ਹੋਇਆ ਸੀਗਾ ਪਰ ਮਾਲੀ ਨੇ ਡੰਡਾ ਬੰਨ ਕੇ ਨਹੀਂ ਸਿੱਧਾ ਕਰਿਆ ਸੀਗਾ ਹੈ ਨਾ ਇਹ ਵਾਲਾ ਇੰਨਾ ਆਪਣਾ ਬੂਟਾ ਜਿਹੜਾ ਫੈਲ ਰਿਹਾ ਨਹੀਂ ਹੈਗਾ ਇਹ ਬੂਟਾ ਜਿਹੜਾ ਬਹੁਤ ਘੱਟ ਫੈਲ ਰਿਹਾ ਦੇਖਿਆ ਔਰ ਗੈਂਦੇ ਦੇ ਫੁੱਲ ਤਿੰਨੇ ਰਹਿ ਗਏ ਬਸ ਚੌਥਾ ਤਾਂ ਮਰ ਮੁਰ ਗਿਆ ਆਹ ਪੱਟਾ ਮਲਾ ਕਬਾੜ ਚ ਪਨੀਰੀ ਨੂੰ ਹੁਣ ਆਪਾਂ ਇੱਥੇ ਲਾ ਦਾਂਗੇ ਪਰ ਫਿਰ ਆਹ ਗੈਂਦੇ ਕੇ ਫੁੱਲ ਕਿੱਥੇ ਲਾਵਾਂ ਮੈਂ ਹੈ ਚਲੋ ਤਾਂ ਜਿਹੜਾ ਜਿੰਨਾ ਕੁ ਮਰਿਆ ਗਿਆ ਵਿਚਾਰਾ ਕੋਈ ਨਹੀਂ ਲਓ ਜੀ ਆਹ ਦੇਖੋ ਆਪਾਂ ਨੇ ਫੁੱਲ ਲਾ ਤੇ ਅਤੇ ਪਾਣੀ ਵੀ ਦੇ ਦਿਆ ਫੁੱਲਾਂ ਨੂੰ ਹੈ ਨਾ ਆਹ ਰਹਿ ਗਈ ਦੋ ਇੱਧਰ ਇਹਨਾਂ ਨੂੰ ਚਲੋ ਬਾਅਦ 'ਚ ਦਿੰਦੇ ਹਾਂ ਆਹ ਇੱਧਰ ਵੀ ਲਾ ਤੇ ਦੋ ਤਿੰਨ ਫੁੱਲ ਮੁੰਡਾ ਬੇਲ ਨਾ ਲੋਕਾਂ ਦੇ ਲੱਗੀ ਬਹੁਤ ਸੋਹਣੀ ਲੱਗੀ ਮੇਰੇ ਦੀ ਤੇ ਮੈਂ ਸੋਚਿਆ ਵੀ ਮੈਂ ਵੀ ਆਪਣੇ ਘਰ ਇਹ ਬੇਲ ਲਾਵਾਂ ਲਿਆਉਣ ਕੇ ਸੋਹਣੀ ਲਗਾਏ ਨਾ ਇਹ ਨਾ ਇੱਕ ਪੋਕੇ ਜਿਹੇ ਨਿਕਲਾਂ ਵਿੱਚ ਦੇ ਚਿੱਟੇ ਚਿੱਟੇ ਜਿਹੇ ਹਮੇ ਉਹ ਬੜੇ ਲਾਏ ਕਰਦੇ ਕੰਨਾਂ ਦੇ ਵਿੱਚ ਕਦੇ ਉਰੇ ਨੱਕ ਵਾਲਾ ਲਿਆ ਬਿੰਦੀ ਲਾ ਲਈ ਕੋਕੇ ਬਣਾ ਲਿਆ ਕਦੇ ਕੁਛ ਕਦੇ ਕੁਛ ਲਓ ਜੀ ਫੁੱਲ ਫੁੱਟੇ ਆਪਾਂ ਨੇ ਲਾ ਤੇ ਆਹ ਵਿੱਚ ਚੱਲੀਏ ਪਾਂਦਰ ਹੁਣ ਕਰਨੀ ਹੈ ਕਟਾਈ ਉਹ ਵਾਲੇ ਬੂਟੇ ਨਹੀਂ ਉੱਧਰ ਕੇ ਲਓ ਜੀ ਹੁਣ ਸਰਦਾਰ ਜੀ ਜਿਹੜੇ ਆਪਣੇ ਵੱਡੇ ਬੂਟੇ ਨੇ ਫਰੂਟਾਂ ਦੇ ਲਾਏ ਹੋਏ ਉਹਨਾਂ ਦੀ ਗਡਾਈ ਕਰਕੇ ਆਪਣਾ ਰੇਹ ਪਾ ਦੇਣਗੇ ਥੋੜ੍ਹਾ ਥੋੜ੍ਹਾ ਵਿੱਚ ਕਿਉਂਕਿ ਮਾਲੀ ਵੀ ਇੱਦਾਂ ਹੀ ਕਰਦਾ ਹੈ ਨਾ ਉਹ ਥੋੜ੍ਹੀ ਜਿਹੀ ਖਾਦ ਪਾ ਜਾਂਦਾ ਹੈ ਥੋੜ੍ਹੀ ਜਿਹੀ ਆਹ ਰੇਹ ਪਾ ਜਾਂਦਾ ਹੈ DAP ਹੈ ਨਾ ਦੇਖੋ ਇਹ ਆਪਣਾ ਸੇਬ ਦਾ ਬੂਟਾ ਉੱਪਰੋਂ ਤਾਂ ਇਹ ਮਰਝਾ ਜੀ ਗਿਆ ਪਤਾ ਨਹੀਂ ਕਾਹਤੋਂ ਇੱਥੋਂ ਨੀਚੇ ਤੋਂ ਜਿਹੜੀ ਇਹਦੀ ਡੰਡੀ ਜੀ ਆ ਉਹ ਸੋਹਣੀ ਚੱਲ ਗਈ ਆ ਦੇਖੋ ਅਤੇ ਹੁਣ ਚੁੱਲ੍ਹੇ ਨੂੰ ਦੇ ਦਈਏ ਪੋਚਾ ਅੱਜ ਤਾਂ ਨਾ ਹਵਾ ਬਹੁਤ ਚੱਲ ਰਹੀ ਸੀਗੀ ਹਵਾ ਕਰਕੇ ਨਾ ਸਾਰੇ ਵਿਹੜੇ 'ਚ ਖਲਾਰਾ ਖਿੰਡ ਗਿਆ ਵਿਹੜੇ 'ਚ ਕੀ ਚੁੱਲ੍ਹੇ ਕੋਲ ਵੀ ਖਲਾਰਾ ਹੀ ਖਲਾਰਾ ਹੋ ਗਿਆ ਇਹਨਾਂ ਢੋ ਕੇ ਰੱਖਦੀ ਸੀਗੀ ਮਿੱਟੀ ਚਲੋ ਇੰਨੇ ਇਹ ਹੋ ਜੂਗੀ ਮਿੱਟੀ ਹੈ ਜਿਹੜੀ ਫਿਰ ਕੱਲ ਨੂੰ ਪਾ ਲੂੰਗੇ ਤੇ ਚੀਰ ਕੇ ਰੱਖ ਲਵਾਂ ਇਹ ਠੀਕ ਨੇ ਹਾਂ ਕੱਪੜਾ ਲਿਆਵਾਂ ਕੋਈ ਕੱਪੜੇ ਦੇ ਵਿੱਚ ਰੱਖ ਦਵਾਂ ਕਿਹੜੇ ਭਾਂਡੇ ਭਾਈ ਏਡਾ ਤਾਂ ਕੋਈ ਭਾਂਡਾ ਵੀ ਨਹੀਂ ਉਹ ਕੀ ਵਿੱਚ ਮੰਮੀ ਓਲੇ ਆ ਫਿਰ ਓਲੇ ਖਰਾਬ ਹੋ ਜੂਗੇ ਓਲੇ ਵੀ ਸਾਂਭਣੇ ਆ ਹਜੇ ਆਪਾਂ ਨੇ ਹਮ ਕਿਆ ਹੋ ਗਿਆ ਦਹੀ ਨੂੰ ਬਾਅਦ ਮਾ ਖਾਣੀ ਆ ਪਾਣੀ ਵੀ ਨੀ ਪਾਇਆ ਜਿੰਨਾ ਕੁ ਹੈ ਤਾਂ ਦੇ ਦਿਆ ਉਹੀ ਹੈ ਚਾਕੂ ਹੀ ਵੱਜ ਗਿਆ
ਸਾਰੇ ਨੂੰ ਆਪਣੇ ਆਪਣੇ ਘਰਾਂ ਥੋੜੀ ਜਿਹੀ ਕੱਚੀ ਜਗ੍ਹਾ ਰੱਖ ਲੈਣਾ ਸਬਜ਼ੀਆਂ ਲਾ ਲੈਣੀ ਚਾਹੀਦੀ ਜਿੱਥੇ ਜਾਣਾ ਹੋਵੇ ਨਾ ਗੁਰਦੁਆਰੇ ਸ਼ਿਵ ਜੀ ਕੋ ਗੁਰਦੁਆਰੇ ਨੂੰ ਕਹਿ ਕੇ ਰੱਖਿਆ ਮਾਮਾ ਜੀ ਕਹਿੰਦੇ ਜਾਓ ਜਵਾਕੋ ਘੁੰਮਿਓ ਜਾਓ ਜਵਾਕੋ ਘੁੰਮਿਓ ਮੈਂ ਪ੍ਰੀਤੀ ਉਦਮ ਮਾਮੀ ਜੀ ਮਾਮੇ ਦੇ ਆਪਣੇ ਕੰਮ ਨੇ ਬੈਠਨੇ ਤੈਨੂੰ ਕੁਛ ਕੰਮ ਗਏ ਤੇ ਨਾ ਨਾ ਮਨ ਉੱਥੇ ਵੀ ਲੈ ਕੇ ਗਏ ਤੇ ਮੰਮੀ ਜਿੱਥੇ ਉਹ ਬਣਾਇਆ ਤਾਂ ਫਿਰ ਮੈਂ ਢਾਬੇ ਦੇ ਵਿੱਚ ਬੈਠੇ ਰਹੇ ਦੇ ਮਨ ਤਾਂ ਜੇ ਮੀਂਹ ਪੈ ਗਿਆ ਚੰਗਾ ਹੈ ਕਿ ਮਾੜਾ ਹੈ ਥੋੜਾ ਵੀ ਪੈ ਜਾ ਚੰਗਾ ਹੈ ਥੋੜਾ ਪੈ ਜਾ ਚੰਗਾ ਬਹੁਤਾ ਨਾ ਸਬਜ਼ੀ ਨਾਲ ਸਪਾਈ ਜਿਹੜੇ ਗੱਲ ਨੂੰ ਲੋਕ ਐ ਨਹੀਂ ਹੋ ਛਾਂਟ ਛਾਂਟ ਕੇ ਪੈ ਜਾ ਰੇਸ਼ਮਾ ਜਾਮੀ ਆ ਵਿੱਚ ਵਿੱਚ ਗੱਜਰਾਂ ਕਿੰਨੇ ਕੰਮ ਨੇ ਆ ਗੱਜਰਾਂ ਨੇ ਕੰਮ ਕੀ ਹੈ ਲੋ ਜੀ ਅਚਾਰ ਆਪਣੇ ਚੀਰਦੇ ਆ ਹਨਾ ਪਰ ਅੱਜ ਪਾਣੀ ਹੋਣਾ ਕਿਉਂਕਿ ਇਹਨਾਂ ਨੂੰ ਸੁਕਾਉਣਾ ਪੈ ਜਾਗਾ ਹਨਾ ਸੁਕਾ ਕੇ ਫੇਰ ਤਲ ਕੇ ਪਾਵਾਂਗੇ ਆਪਾਂ ਅਚਾਰ ਬੱਦਲ ਵਾਈ ਬਹੁਤ ਹੋਈ ਪਈ ਹੈ ਮੈਂ ਚੁੱਲ੍ਹੇ ਨੂੰ ਤਾਂ ਦੇ ਦਿਆ ਪੋਚਾ ਢੱਕ ਦੋ ਨੇ ਮੰਮੀ ਚੁੱਲ੍ਹੇ ਨੂੰ ਰਾਤ ਨੂੰ ਹਨਾ ਨਾ ਢੱਕ ਦੇ ਜਿਹੜੀ ਇੱਕੋ ਟੀਨ ਜੀ ਨਹੀਂ ਪਈ ਹੈਗੀ ਆਪਣੇ ਮੂੰਹਾਂ ਵਧਾ ਦਿਓ ਟੀਨ ਹਾਂ ਉਹੀ ਉਹ ਟੀਨ ਪਈ ਹੈ ਜਿਹੜੀ ਸੁਣਦੇ ਨਹੀਂ ਉਹ ਟੀਨ ਪੀੜੀ ਹੋ ਰਿੰਕੂ ਨੂੰ ਬੁਲਾ ਕੇ ਵਧਾ ਕੇ ਵੀ ਚੁੱਲ੍ਹੇ ਉੱਪਰ ਦੇ ਹੋ ਜੂਗੀ ਵਧਾਓ ਤੇ ਕੱਟ ਰਗੇ ਫਿਰ ਚੁੱਲ੍ਹਾ ਦੁਬਾਰੇ ਦੁਬਾਰੇ ਗਾਰਾ ਲਾਉਣਾ ਸੌਖਾ ਨਹੀਂ ਹੈਗਾ ਕੋਈ ਔਖੀ ਨਹੀਂ ਹੈ ਮੈਂ ਆਪ ਵੜ ਦੂੰਗਾ ਬਸ ਫਿਰ ਲਿਆਣ ਕੇ ਕੱਟਰ ਵੜ ਦੂੰਗੀ ਬਾਕੀ ਮੌਸਮ ਖਰਾਬ ਹੋ ਗਿਆ ਖਰਾਬ ਤਾਂ ਵੈਸੇ ਸਵੇਰ ਦਾ ਹੀ ਹੋ ਰਿਹਾ ਹੁਣ ਤਾਂ ਦੇਖੋ ਮੀਂਹ ਲੱਗ ਗਿਆ ਆਣ ਵੈਸੇ ਮੈਂ ਮੰਮੀ ਪਹਿਲਾਂ ਮੈਂ ਕੱਪੜੇ ਤਾਰ ਦਵਾਂ ਤਾਰ ਦੇ ਸੁੱਕੇ ਸੁਕਾਏ ਭਿੱਜ ਦੂੰਗੇ ਤਾਰ ਦੇ ਵਸ ਤਾਰ ਦੇ ਤਾਰਦਾ ਹਾਂ ਆ ਗੱਜਰਾਂ ਫਿਰ ਅੰਦਰੇ ਛਿੱਲ ਲੂੰਗੇ ਇਹ ਸਬਜ਼ੀ ਵਾਸਤੇ ਛਿੱਲ ਲੂੰਗੇ ਬਸ ਠੀਕ ਹੈ ਪਹਿਲੇ ਮੈਂ ਕੱਪੜੇ ਤਾਰਾਂ ਜਿਹੜੇ ਸੁੱਕੇ ਰਹੇ ਤੇ ਉਹ ਵੀ ਹੋ ਜਾਣਾ ਗਿੱਲੇ ਆ ਤੁਹਾਡਾ ਇੱਕ ਸੂਟ ਰਿਹਾ ਵਾ ਜੇ ਫਿਰ ਮੈਂ ਪਹਿਲਾਂ ਫੁੱਲ ਲਾਣ ਤੇ ਗਈ ਇੱਥੇ ਚਲ ਅੰਦਰੇ ਸੁੱਕਾਂਗੇ ਹਾਂ ਵੈਸੇ ਤਾਂ ਕਰ ਦੂੰਗੀ ਇਹਨੂੰ ਆ ਇੱਧਰ ਉਦੋਂ ਤਾਂ ਫਿਰ ਮੇਰਾ ਰਹਿ ਰਿਹਾ ਚਲ ਇਹਦਾ ਬਾਅਦ ਵਿੱਚ ਬਣਾ ਦੂੰਗੀ ਪਹਿਲਾਂ ਮੈਂ ਕੱਪੜੇ ਤਾਰ ਲਵਾਂ ਆਲੀ ਸਲਵਾਰ ਕਿਤੇ ਮੇਰੇ ਬਹੁਤ ਰੰਗ ਉਤਰੇ ਆ ਚੁੰਨੀ ਦਾ ਸਲਵਾਰ ਦਾ ਤਾਂ ਹੈ ਮੈਂ ਇੱਕੇ ਦਾ ਮੇਰਾ ਰੰਗ ਕੱਟਿਆ ਹਾਂ ਮੇਰਾ ਵੀ ਇੱਕੇ ਦਾ ਉਹਦਾ ਲਾਈਟ ਸੂਟ ਦਾ ਮੈਨੂੰ ਕਿਸ ਮਣ ਹੋ ਗਈ ਜੀ ਕੱਪੜੇ ਤਾਰ ਲਓ ਵੈਸੇ ਸੁੱਕ ਗਏ ਕੱਪੜੇ ਚਾਹੇ ਧੁੱਪ ਹੈ ਚਾਹੇ ਨਹੀਂ ਹੈ ਪਹਿਲਾਂ ਤਾਂ ਕਦੇ ਧੁੱਪ ਹੋ ਜਾਏ ਤੀ ਉਹ ਰਹਿ ਗਿਆ ਉੱਥੇ ਡੱਬਾ ਉੱਥੇ ਰੱਖੇ ਉਹ ਚੱਕ ਕੇ ਲਿਆਉਣਾ ਹਜੇ ਸਮਾਨ ਆਹ ਪੈਂਟ ਹੈ ਹਿੱਲੀ ਚਲੋ ਜੀ ਅੱਜ ਦੀ ਵੀਡੀਓ ਤਾਂ ਆਪਾਂ ਇੱਥੇ ਐਂਡ ਕਰਦੇ ਵੈਸੇ ਮੈਂ ਕਹਿ ਕਿੰਨੀ ਵਾਰ ਲਿਆ ਅਤੇ ਆਪਾਂ ਮਿਲੇ ਤੁਹਾਨੂੰ ਨੈਕਸਟ ਵਲੋਗ ਨਾਲ ਕੱਪੜੇ ਤਾਰ ਕੇ ਆਪਾਂ ਅੰਦਰ ਰੱਖ ਲਈ ਅਤੇ ਆਪਾਂ ਆਪ ਵੀ ਅੰਦਰ ਚੱਲੀਏ ਕਿਉਂਕਿ ਕਣੀਆਂ ਲੱਗ ਗਈਆਂ ਪੈਣ ਆਪਾਂ ਮਿਲਦੇ ਜੀ ਨੈਕਸਟ ਵਲੋਗ ਲੈ ਕੇ ਤਦ ਤੱਕ ਲਈ ਸਾਰਿਆਂ ਨੂੰ ਬਾਏ ਬਾਏ ਸਤਿ ਸ਼੍ਰੀ ਅਕਾਲ ਜੀ ਗੱਡੀਆਂ ਗੁੱਡੀਆਂ ਵੀ ਇਸ ਤਰ੍ਹਾਂ ਸਾਰੀਆਂ